ਮੋਹਾਲੀ ਦੇ ਵਿੱਚ 6500 ਵੋਟਰ ਨੇ ਬੱਡ ਮਾਜਰਾ ਪਿੰਡ ਦੇ ਵਿੱਚ ਮੋਹਾਲੀ ਦੇ ਬੱਡ ਮਾਜਰਾ ਪਿੰਡ ਦੇ ਵਿੱਚ 6500 ਵੋਟਰ ਨੇ ਤੇ ਜ਼ਿਆਦਾਤਰ ਵੋਟਰ ਪ੍ਰਵਾਸੀ ਨੇ ਇਹ ਐਤਕੀ ਬਹੁਤ ਹੀ ਵੱਡੀ ਗੱਲ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਕਿ ਐਤਕੀ ਪ੍ਰਵਾਸੀ ਜਿਹੜੇ ਵੋਟਰ ਆ ਉਹ ਸਿਰਫ ਵੋਟਰ ਹੀ ਨਹੀਂ ਰਹੇ ਉਹ ਉਮੀਦਵਾਰ ਵੀ ਬਣ ਰਹੇ ਨੇ ਕੈਂਡੀਡੇਟ ਬਣ ਰਹੇ ਨੇ ਮੁਕਾਬਲੇ ਦੇ ਰਹੇ ਨੇ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਤੇ ਹੁਣ ਉਹ ਆਪਣੇ ਆਪ ਨੂੰ ਪੰਜਾਬੀ ਹੀ ਦੱਸਦੇ ਨੇ ਚਾਹੇ ਕੋਈ ਬਿਹਾਰ ਤੋਂ ਆਇਆ ਹੈ ਚਾਹੇ ਯੂਪੀ ਤੋਂ ਆਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਵੱਸ ਚੁੱਕੇ ਨੇ ਤੇ ਇਸ ਦੀ ਇੱਕ ਉਦਾਹਰਣ ਬਡਮਾਜਰਾ ਪਿੰਡ ਤੋਂ ਵੀ ਸਾਨੂੰ ਮਿਲ ਰਹੀ ਹੈ 6500 ਵੋਟਰ ਨੇ ਜ਼ਿਆਦਾਤਰ ਪ੍ਰਵਾਸੀ ਨੇ ਤੇ ਇੱਥੇ ਉਮੀਦਵਾਰਾਂ ਨੂੰ ਹਿੰਦੀ ਦੇ ਵਿੱਚ ਪੋਸਟਰ ਲਾਉਣੇ ਪੈ ਰਹੇ ਨੇ ਇਹ ਪੰਜਾਬ ਦੇ ਹਾਲਾਤ ਹੋ ਰਹੇ ਨੇ ਬਿਲਕੁਲ ਚਿੰਤਾਜਨਕ ਨੇ ਕਿ ਪੰਜਾਬ ਦੀ ਕਿਉਂਕਿ ਇਹਦਾ ਮਤਲਬ ਇਹ ਬਣਦਾ ਹੈ ਕਿ ਹੋਂਦ ਖਤਮ ਹੋ ਰਹੀ ਹੈ ਕਿਸੇ ਇੱਕ ਸਟੇਟ ਦੀ ਇੱਕ ਸਟੇਟ ਦੇ ਲੋਕਾਂ ਦੀ ਉਹਨਾਂ ਦੀ ਭਾਸ਼ਾ ਦੀ ਉਹਨਾਂ ਦੇ ਰਹਿਣ ਸਹਿਣ ਦੀ ਉਹਨਾਂ ਦੀ ਹੋਂਦ ਉਹਨਾਂ ਦੇ ਧਰਮ ਦੀ ਜਾਂ ਮਤਲਬ ਸਾਰਾ ਕੁਝ ਹੀ ਹੈ ਜਿਹੜਾ ਉਹਨਾਂ ਦੀ ਪਛਾਣ ਵਾਲਾ ਉਹ ਖਤਰੇ ਦੇ ਵਿੱਚ ਆ ਜਾਂਦਾ ਜਦੋਂ ਦੂਸਰੇ ਇਲਾਕੇ ਦੇ ਲੋਕ ਦੂਸਰੇ ਖਿੱਤੇ ਦੇ ਲੋਕ ਦੂਸਰੇ ਸੂਬੇ ਦੇ ਜਾਂ ਦੂਸਰੇ ਦੇਸ਼ ਦੇ ਲੋਕ ਆ ਕੇ ਤੁਹਾਡੇ ਵਿੱਚ ਰਹਿਣ ਲੱਗ ਪੈਣ ਤੇ ਹੌਲੀ ਹੌਲੀ ਹਾਲਾਤ ਇਹ ਹੋ ਜਾਣ ਕਿ ਉਹ ਤੁਹਾਡੇ ਤੋਂ ਵੀ ਵੱਧ ਗਿਣਤੀ ਦੇ ਵਿੱਚ ਹੋ ਜਾਣ ਕਿਉਂਕਿ ਸਾਡੇ ਲੋਕ ਹੋਰ ਕਿਧਰੇ ਜਾ ਰਹੇ ਨੇ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਸੋ ਇਸ ਪਿੰਡ ਦੇ ਵਿੱਚ ਬਡ ਮਾਜਰਾ ਦੇ ਵਿੱਚ ਸਰਪੰਚੀ ਦੇ 9 ਉਮੀਦਵਾਰ ਪ੍ਰਵਾਸੀ ਨੇ ਸਿਰਫ ਇੱਕ ਉਮੀਦਵਾਰ ਪੰਜਾਬੀ ਹੈ ਇਹ ਉਸ ਤੋਂ ਵੀ ਵੱਧ ਚਿੰਤਾ ਦੀ ਗੱਲ ਹੈ ਬਡ ਮਾਜਰਾ ਪਿੰਡ ਹੈ 650 ਵੋਟਾਂ ਨੇ ਜ਼ਿਆਦਾਤਰ ਪ੍ਰਵਾਸੀ ਨੇ ਤੇ ਹਿੰਦੀ ਦੇ ਵਿੱਚ ਪੋਸਟਰ ਲਾ ਕੇ ਪ੍ਰਚਾਰ ਕਰਨਾ ਪੈ ਰਿਹਾ ਹੈ ਪਿੰਡ ਵਿੱਚ ਸਰਪੰਚੀ ਦੇ 9 ਉਮੀਦਵਾਰ ਪ੍ਰਵਾਸੀ ਨੇ ਸਿਰਫ ਇੱਕ ਪੰਜਾਬੀ ਹੈ ਤੇ ਇਹ ਕੋਈ ਇਸ ਬੜਮਾਜਰਾ ਪਿੰਡ ਦੀ ਗੱਲ ਨਹੀਂ ਹੈ ਇਸ ਪਿੰਡ ਦੀ ਕਹਾਣੀ ਨਹੀਂ ਹੈ ਤੁਸੀਂ ਜਿਹੜਾ ਹੈਗਾ ਜਗਤਪੁਰੇ ਦੀ ਗੱਲ ਸੁਣੀ ਹੋਣੀ ਮੁਹਾਲੀ ਦਾ ਪਿੰਡ ਜਗਤਪੁਰਾ ਉੱਥੇ ਤਾਂ ਚੋਣ ਹੀ ਮੁਲਤਵੀ ਕੀਤੀ ਹੋਈ ਐ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਦੁਬਾਰਾ ਉੱਥੇ ਮਾਫ ਕਰਨਾ ਨਵੇਂ ਸਿਰੇ ਤੋਂ ਉੱਥੇ ਚੋਣ ਹੋਵੇਗੀ ਕਿਉਂਕਿ ਉੱਥੇ ਵੀ ਜਿਹੜੇ ਮੂਲ ਨਿਵਾਸੀ ਪੰਜਾਬੀ ਹੈਗੇ ਨੇ ਉਹਨਾਂ ਦੀ ਵੋਟ 950 ਹੈ ਪ੍ਰਵਾਸੀਆਂ ਦੀ 650 ਵੋਟ ਹੈ ਇੱਕ ਕਲੋਨੀ ਨੂੰ ਉਹਨਾਂ ਦੇ ਨਾਲ ਜੋੜ ਦਿੱਤਾ ਗਿਆ ਤੇ ਵੋਟਾਂ ਦਾ ਫਰਕ ਐ ਇੰਨਾ ਜ਼ਿਆਦਾ ਹੈ ਕਿ ਹੁਣ ਉੱਥੇ ਜਿਹੜਾ ਪੰਜਾਬੀ ਐ ਸਰਪੰਚ ਹੀ ਨਹੀਂ ਬਣ ਸਕਦਾ ਇਹ ਜਗਤਪੁਰਾ ਪਿੰਡ ਦੀ ਕਹਾਣੀ ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਜਿੱਥੇ ਟੱਕਰ ਦੇ ਰਹੀਆਂ ਨੇ ਪ੍ਰਵਾਸੀ ਉਮੀਦਵਾਰਾਂ ਦੀਆਂ ਬੀਬੀਆਂ ਟੱਕਰ ਦੇ ਰਹੀਆਂ ਨੇ ਪ੍ਰਵਾਸੀ ਉਮੀਦਵਾਰਾਂ ਦੇ ਬੰਦੇ ਟੱਕਰ ਦੇ ਰਹੇ ਨੇ ਪੰਜਾਬ ਦੇ ਵਾਸੀਆਂ ਨੂੰ ਬੜੀ ਚਿੰਤਾ ਦਾ ਵਿਸ਼ਾ ਹੈ ਜਦੋਂ ਪਿੱਛੇ ਜੇ ਲੋਕ ਸਭਾ ਚੋਣਾਂ ਦੀ ਕਵਰੇਜ ਕਰ ਰਹੇ ਸੀ ਤਾਂ ਮੈਂ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਇੱਥੇ ਵੋਟਰ ਬਣੇ ਬੈਠੇ ਨੇ ਪੰਜਾਬ ਦੇ ਵਿੱਚ ਸਾਡਾ ਆਪਣਾ ਸੂਬਾ ਪੰਜਾਬ ਹੈ ਪ੍ਰਵਾਸੀ ਵੱਡੀ ਗਿਣਤੀ ਦੇ ਵਿੱਚ ਵਸੇ ਹੀ ਨਹੀਂ ਉਹ ਇੱਥੇ ਵੋਟ ਦੇ ਹੱਕਦਾਰ ਵੀ ਹੈਗੇ ਨੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਵੋਟਾਂ ਬਣਾਉਣੀਆਂ ਬੜੀਆਂ ਸੌਖੀਆਂ ਨੇ ਇਸ ਮੁਲਕ ਦੇ ਵਿੱਚ ਕਿਉਂਕਿ ਲੀਡਰ ਨੂੰ ਸਿਰਫ ਤੇ ਸਿਰਫ ਵੋਟ ਤੱਕ ਮਤਲਬ ਹੁੰਦਾ ਜਗਤਪੁਰਾ ਪਿੰਡ ਦੀ ਕਹਾਣੀ ਇਸ ਦੀ ਗਵਾਹ ਹੈ ਕਿ ਵੋਟਾਂ ਦੇ ਲਾਲਚ ਕਰਕੇ ਪਹਿਲਾਂ ਉਹਨਾਂ ਨੂੰ ਇੱਥੇ ਕਲੋਨੀ ਬਣਾ ਕੇ ਵਸਾਇਆ ਤੇ ਫਿਰ ਇੱਕ ਹੋਰ ਪਾਰਟੀ ਦੇ ਮੌਜੂਦਾ ਸੱਤਾਧਿਰ ਪਾਰਟੀ ਦੇ ਇੱਕ ਲੀਡਰ ਨੇ ਉਹਨਾਂ ਨੂੰ ਇਸ ਪਿੰਡ ਦੇ ਨਾਲ ਹੀ ਰਲਵਾ ਦਿੱਤਾ